ਮਨੂ ਸੇਖੋਂ ਜੀ, ਤੁਸੀਂ ਜੋ ਘੋੜਾ ਲਿਆਂਦਾ ਇਸ ਬਾਰੇ ਦੱਸੋ, ਜੋ ਕਿ 1.5 ਕਰੋੜ ਦੀ ਲਗਭਗ ਇਸ ਦੀ ਕੀਮਤ ਹੈ। ਹਾਂਜੀ, ਇਹ ਘੋੜਾ ਲਿਆ ਜੀ, ਇਹਦਾ ਨਾਂ ਯੋਧਾ, ਅਤੇ ਜਿਹੜਾ ਇਹਦਾ ਫਾਦਰ ਹੈ ਉਹ ਹੈਗਾ ਦੇਵ, ਇਸ ਟਾਈਮ ਗੁਜਰਾਤ 'ਚ ਆ। ਇਹ ਘੋੜਾ ਵੀ ਗੁਜਰਾਤ 'ਚੋਂ ਹੀ ਲਿਆ ਜੀ। ਇਹਦੀ ਉਮਰ ਲਗਭਗ 4 ਸਾਲ ਹੈ, ਅਤੇ ਜਿਹੜੀ ਇਹਦੀ ਹਾਈਟ ਆ ਉਹ ਮੇਰੇ ਹਿਸਾਬ ਜਿੰਨੇ ਪੰਜਾਬ ਦੇ ਮਾਰਵਾੜੀ ਘੋੜੇ ਸਭ ਤੋਂ ਵੱਡਾ ਹੈ। ਇਹ 68 ਇੰਚ ਹਾਈਟ ਹੈ ਇਹਦੀ, 68 ਇੰਚ। ਮਨੂ ਜੀ, ਤੁਸੀਂ ਇਹ ਘੋੜਾ ਕਿੱਥੋਂ ਲਿਆਂਦਾ ਖਰੀਦ ਕੇ? ਅਸੀਂ ਅਹਿਮਦਾਬਾਦ ਤੋਂ ਗੁਜਰਾਤ 'ਚੋਂ ਲਿਆ। ਮਜ਼ਬੂਤੀਆਂ ਇਹਦੀ, ਨੈੱਕ ਦਾ ਕੱਟ ਹੈ ਜਾਂ ਹੋਰ ਬੋਡੀ ਸਟਰਕਚਰ ਹੈ ਜਾਂ ਪੈਰ ਹੈ, ਪੈਰ ਬਹੁਤ ਵੱਡੇ ਆ ਇਹਦੇ, ਸੁੰਮ ਬਹੁਤ ਵੱਡੇ ਆ ਇਹਦੇ, ਬਾਕੀ ਹਰ ਇੱਕ ਪਾਸੇ ਖੂਬਸੂਰਤੀ ਕੋਈ ਕਮੀ ਵਾਲੀ ਚੀਜ਼ ਹੈ ਨਹੀਂ ਗੀ। ਮਨੂ ਜੀ, ਤੁਸੀਂ ਇਹ ਦੱਸੋ ਕਿ ਜਿਹੜਾ ਤੁਸੀਂ ਇਹ ਘੋੜਾ ਲੈ ਕੇ ਆਉਂਦਾ ਹੈ ਨਾ, ਅਤੇ ਕੀ ਤੁਹਾਨੂੰ ਸ਼ੌਂਕ ਹੀ ਹੈ ਜਾਂ ਕੋਈ ਬਿਜ਼ਨਸ ਤੌਰ 'ਤੇ ਲੈ ਕੇ ਆਉਂਦਾ? ਨਹੀਂ ਨਹੀਂ, ਸ਼ੌਂਕ ਹੈ ਜੀ। ਬਿਜ਼ਨਸ ਤਾਂ ਇਹਨਾਂ ਵਿੱਚ ਹਾਲੇ ਤੱਕ ਤਾਂ ਆਪਾਂ ਤਾਂ ਕੁਛ ਖੈਰ ਖੱਟਿਆ ਨਹੀਂ ਕੁਛ ਇਹਨਾਂ ਵਿੱਚੋਂ। ਮਤਲਬ ਜਿਵੇਂ ਕਿ ਕਹਿ ਦਿੰਦੇ ਆ ਕਿ ਸਿਰਫ ਸ਼ੌਂਕ ਹੈ, ਘੋੜਿਆਂ ਦਾ ਹੀ ਸ਼ੌਂਕ ਹੈ, ਘੋੜਿਆਂ ਦਾ ਨਹੀਂ ਹੈਗਾ, ਸਿਰਫ ਘੋੜਿਆਂ ਦਾ ਹੀ। ਆਪਣੇ ਕੋਲ ਇਸ ਟਾਈਮ 3 ਘੋੜੇ ਹੈ ਆਪਣੇ ਫਾਰਮ। ਪਾਲਣ ਪੋਸ਼ਣ ਦੂਜੇ ਘੋੜਿਆਂ ਵੈਸੇ ਸਾਨੂੰ ਕੋਈ ਔਖਾ ਨਹੀਂ ਲੱਗਦਾ, ਕਿਉਂਕਿ ਅਸੀਂ ਬਹੁਤ ਪੁਰਾਣੇ ਘੋੜੇ ਰੱਖਦੇ ਆ ਰਹੇ ਹਾਂ। ਸਾਡਾ ਅੱਜ ਦਾ ਕੰਮ ਨਹੀਂ, ਮੇਰੀ ਉਮਰ 30 ਸਾਲ ਹੋ ਗਈ, ਮੈਨੂੰ ਲੱਗਦਾ ਕਿ ਮੈਨੂੰ 25 ਸਾਲ ਤਾਂ ਹੋ ਗਏ ਇਸ ਕੰਮ ਦੇ ਵਿੱਚ ਪਏ ਨੂੰ। 5 ਸਾਲ ਦਾ ਜਵਾਕ ਹੁੰਦਾ ਛੋਟਾ, ਜਦੋਂ ਫੜ ਕੇ ਘੋੜੀ 'ਚ ਚੜਾਉਂਦੇ ਹੁੰਦੇ ਸੀਗੇ, ਅਤੇ ਉਦੋਂ ਦਾ ਮੈਂ ਚੜ੍ਹਦਾ ਆ ਰਿਹਾ। ਮੈਨੂੰ ਤਾਂ ਮਤਲਬ ਕਿ ਕੁਛ ਸਾਨੂੰ ਔਖਾ ਨਹੀਂ ਲੱਗਦਾ ਕੁਛ। ਜਿੱਦਾਂ ਪਾਲਣ ਪੋਸ਼ਣ ਨੋਰਮਲ ਹੈ ਜੀ, ਜਿੱਦਾਂ ਅੱਜ ਕੱਲ੍ਹ ਅਸੀਂ ਇਹਨਾਂ ਨੂੰ ਫੀਡ ਦੇ ਵਿੱਚ ਜਿਹੜੀ ਹੈਗੀ ਹੈ ਜੌਂ ਪਾ ਰਹੇ ਹਾਂ, ਜਮੀ ਪਾ ਰਹੇ ਹਾਂ, ਮੋਠ ਪਾ ਰਹੇ ਹਾਂ। ਸਿਆਲਾਂ ਦੇ ਵਿੱਚ ਬਾਜਰਾ ਪਾਉਂਦੇ ਸੀ, ਹੁਣ ਛੋਲੇ ਚੱਲ ਰਹੇ ਆ ਨਾਲ, ਉਹ ਨੋਰਮਲ ਡਾਈਟ ਹੈਗੀ ਜਿਹੜੀ ਆਪਣੀ ਚੱਲਦੀ ਹੈ ਜੀ। ਅਤੇ ਹੋਰ ਇਸ ਵਿੱਚ ਕੀ ਮਤਲਬ ਜੋ ਡਾਕਟਰ ਵਗੈਰਾ ਹੈਗੇ ਆ, ਉਹ ਕੀ ਉਹ ਪਸ਼ੂਆਂ ਵਾਲੇ ਹੀ ਇਲਾਜ ਕਰਦੇ ਜਾਂ ਕੋਈ ਮਤਲਬ ਸਪੈਸ਼ਲਿਸਟ ਹੁੰਦੇ ਆ? ਡਾਕਟਰ ਅੱਜ ਕੱਲ੍ਹ ਘੋੜਿਆਂ ਵਾਲੇ ਜਿਹੜੇ ਹੈਗੇ ਆ ਸਪੈਸ਼ਲ, ਵਧੀਆ ਚੰਗੇ ਡਾਕਟਰ ਹੈਗੇ ਅੱਜ ਕੱਲ੍ਹ ਆਪਣੇ ਏਰੀਏ ਦੇ ਵਿੱਚ, ਮੁਕਤਸਰ ਏਰੀਏ ਦੇ ਵਿੱਚ। ਵੈਸੇ ਥੋੜ੍ਹੀ ਬਹੁਤੀ ਨੌਲੇਜ ਆਪਾਂ ਨੂੰ ਵੀ ਹੈਗੀ ਆ, ਜਿੰਨੀ ਕਿ ਆਪਾਂ ਨੂੰ ਕੋਈ ਜ਼ਿਆਦਾ ਕਦੇ ਡਾਕਟਰ ਬੁਲਾਉਣ ਦੀ ਲੋੜ ਨਹੀਂ ਪਏਗੀ, ਰੱਬ ਨਾ ਹੀ ਕਦੇ ਪਾਵੇ ਇਹੋ ਜਿਹੀ ਲੋੜ। ਅਤੇ ਆਪਦਾ ਇੰਨਾ ਕੁ ਤਾਂ ਕਰ ਹੀ ਲਈਦਾ, ਕੋਈ ਮਾੜਾ ਮੋਟਾ ਟ੍ਰੀਟਮੈਂਟ ਕਰਨਾ ਹੁੰਦਾ ਜਾਂ ਡ੍ਰਿਪ ਲਾਉਣੀ ਆ ਜਾਂ ਕੁਛ ਇੰਜੈਕਸ਼ਨ ਲਾਉਣਾ ਜਾਂ ਕੋਈ ਦਵਾਈਆਂ ਦੇਣੀਆਂ, ਉਹ ਸਾਰਾ ਕੁਛ ਆਪ ਹੀ ਕਰ ਲੈਂਦੇ ਹਾਂ। ਨਹੀਂ, ਫਿਰ ਵੀ ਜਿਵੇਂ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਘੋੜਾ ਰੱਖਿਆ ਵਾ ਹੈ ਨਾ, ਅਤੇ ਕੋਈ ਤਾਂ ਆਮਦਨ ਦਾ ਸਾਧਨ ਤਾਂ ਬਣਦਾ ਹੋਣਾ, ਜਿਵੇਂ ਕਿ ਆਮਦਨ ਦਾ ਸਾਧਨ ਇਹਦਾ ਹੈਗਾ ਜੀ, ਕਰੋਸਿੰਗ ਲਈ ਇਹਦੇ ਕੋਲ ਕਾਫੀ ਘੋੜੀਆਂ ਆਉਂਦੀਆਂ, ਹੁਣ ਅੱਜ ਕੱਲ੍ਹ ਸੀਜ਼ਨ ਚੱਲ ਰਿਹਾ, ਕਰੋਸਿੰਗ ਟਾਈਮ ਚੱਲ ਰਿਹਾ। ਜਿਸ ਤਰ੍ਹਾਂ ਇਸਦੀ ਕੀਮਤ ਆ, ਉਸ ਹਿਸਾਬ ਨਾਲ ਇਸਦੀ ਦੂਸਰੇ ਨਾਲੋਂ ਤਾਂ ਜ਼ਿਆਦਾ ਮਹਿੰਗਾ ਹੋਣਾ? ਨਹੀਂ, ਅਸੀਂ ਦੂਜੇ ਜਿਹੜੇ ਪੰਜਾਬ ਦੇ ਵਿੱਚ ਘੋੜੇ ਹੈਗੇ ਆ ਉਹਨਾਂ ਨਾਲ ਅਸੀਂ ਇਹਦੀ ਫੀਸ ਘੱਟ ਰੱਖੀ ਆ। ਦੂਜੇ ਸਾਰੇ ਜਿੰਨੇ ਮਹਿੰਗੇ ਚੰਗੇ ਘੋੜੇ ਆ ਜਿਹੜੇ, ਉਹ ਸਾਰੇ 50 ਤੋਂ 55 ਹਜ਼ਾਰ ਰੁਪਏ ਫੀਸ ਲੈਂਦੇ, ਅਸੀਂ 35 ਹਜ਼ਾਰ ਰੁਪਏ ਫੀਸ ਰੱਖੀ ਆ। ਇਹਦਾ ਕਾਰਨ ਇਹ ਹੈ ਕਿ ਜਿਹੜਾ ਛੋਟਾ ਜ਼ਿਮੀਂਦਾਰ ਹੈ ਉਹ 50 ਹਜ਼ਾਰ ਰੁਪਇਆ ਫੀਸ ਨਹੀਂ ਦੇ ਸਕਦਾ ਗਾ। ਉਹਦਾ ਕਾਰਨ ਇਹ ਹੈ ਕਿ ਕਈ ਵਾਰੀ ਕਈ ਬੰਦਿਆਂ ਦੀਆਂ ਘੋੜੀਆਂ ਜਿਹੜੀਆਂ ਨੋਰਮਲ ਘੋੜੀਆਂ ਉਹ ਬੱਚਾ ਚੰਗਾ ਨਹੀਂ ਦਿੰਦੀਆਂ ਗੀਆਂ, ਜਿਹੜਾ ਕਿ ਉਹ ਆਪਦੀ ਜਿਹੜੀ ਫੀਸ ਵੀ ਨਹੀਂ ਪੂਰੀ ਕਰ ਪਾਉਂਦਾ ਗਾ। ਅਤੇ ਉਹਦੇ ਕਰਕੇ ਅਸੀਂ 35 ਹਜ਼ਾਰ ਫੀਸ ਰੱਖੀ ਹੈ, ਘੱਟ ਰੱਖੀ ਹੈ ਕਿ ਛੋਟੇ ਤੋਂ ਛੋਟਾ ਜ਼ਿਮੀਂਦਾਰ ਵੀ ਸਾਡੇ ਘੋੜੇ ਤੋਂ ਘੋੜੀ ਭਰਾ ਸਕੇ। ਤੁਹਾਡੇ ਕੋਲ ਜੋ ਘੋੜੇ ਦੀ ਕਰੋਸਿੰਗ ਲਈ ਕਿੱਥੋਂ ਕਿੱਥੋਂ ਤੱਕ ਆਉਂਦੇ ਆ? ਬੜੀ ਦੂਰੋਂ ਦੂਰੋਂ ਆਉਂਦੇ ਜੀ। ਹੁਣ ਗੁਜਰਾਤ 'ਚੋਂ ਫੋਨ ਆਇਆ, ਗੁਜਰਾਤ 'ਚੋਂ ਘੋੜੀ ਆਉਣੀ, ਇੱਕ ਰਾਜਸਥਾਨ 'ਚੋਂ ਘੋੜੀ ਆਈ ਸੀ, ਹੁਣ ਕੱਲ੍ਹ ਇੱਕ ਹਰਿਆਣੇ 'ਚੋਂ ਘੋੜੀ ਮਿਲ ਕੇ ਗਈ ਆ। ਪੰਜਾਬ 'ਚੋਂ ਨੋਰਮਲ ਆਉਂਦੀਆਂ ਰਹਿੰਦੀਆਂ, ਆਲਮੋਸਟ ਸਾਰੀਆਂ ਜਿੱਥੋਂ ਜਿੱਥੋਂ ਜਿਨ੍ਹਾਂ ਨੂੰ ਘੋੜਾ ਪਤਾ ਵੀ ਚੰਗਾ ਘੋੜਾ ਆਉਣਗੀਆਂ ਘੋੜੀਆਂ। ਇਹ ਘੋੜਿਆਂ ਵਾਲੇ ਇਹ ਨਹੀਂ ਸੋਚਦੇ ਕਿ ਅਸੀਂ ਦੂਰ ਜਾਣਾ ਜਾਂ ਨੇੜੇ ਜਾਣਾ, ਬੜੇ ਇਹਨਾਂ ਨੂੰ ਸ਼ੌਂਕ ਦਾ ਕੋਈ ਮੁੱਲ ਨਹੀਂ। ਜਿਵੇਂ ਕਹਿ ਲਓ ਤੁਸੀਂ ਵੀ ਸਾਡੇ ਅੱਗੇ ਪੰਜਾਬ 'ਚੋਂ ਘੋੜੀਆਂ ਬਹੁਤ ਕ੍ਰੋਸ ਹੋਣ ਵਾਸਤੇ ਰੋਹਿਟ ਜਾਂਦੀਆਂ ਸੀਗੀਆਂ, ਉੱਥੇ ਘੋੜਾ ਸੀਗਾ ਇੱਕ ਬਹੁਤ ਚੰਗੀ ਲਾਈਨ ਦਾ, ਅਤੇ ਉੱਥੇ ਘੋੜੀਆਂ ਜਾਂਦੀਆਂ ਸੀਗੀਆਂ, ਹੁਣ ਇੱਥੇ ਆ ਰਹੀਆਂ, ਪੰਜਾਬ 'ਚ ਆ ਰਹੀਆਂ। ਪੰਜਾਬ 'ਚ ਬਹੁਤ ਚੰਗੇ ਘੋੜੇ ਆ ਉਹ ਆਉਂਦੇ, ਜਿਵੇਂ ਕਿ ਪਹਿਲਾਂ ਨੁਕਰੇ ਘੋੜਿਆਂ ਦਾ ਕਾਫੀ ਟ੍ਰੈਂਡ ਵਗੈਰਾ ਸੀਗਾ, ਅਤੇ ਅੱਜ ਕੱਲ੍ਹ ਇਸ ਤਰ੍ਹਾਂ ਦੇ ਕਿਸਮ ਦੇ ਘੋੜੇ ਹੀ ਕਿਉਂ? ਹਾਂਜੀ ਹਾਂਜੀ, ਪਹਿਲਾਂ ਨੁਕਰੇ ਘੋੜਿਆਂ ਦਾ ਟ੍ਰੈਂਡ ਬਹੁਤ ਜ਼ਿਆਦਾ ਸੀ, ਪਹਿਲਾਂ ਚੰਬੇ ਘੋੜੀਆਂ ਹੁੰਦੀਆਂ ਸੀਗੀਆਂ ਅਤੇ ਨੁਕਰੇ ਘੋੜੇ ਤੋਂ ਭਰਾ ਕੇ ਬੱਚਾ ਨੁਕਰਾ ਦਿੰਦੀਆਂ। ਉਹ ਅੱਜ ਤੋਂ ਮਤਲਬ ਕਿ 15 ਸਾਲ ਪਹਿਲਾਂ, 20 ਸਾਲ ਪਹਿਲਾਂ ਬਹੁਤ ਜ਼ਿਆਦਾ ਟ੍ਰੈਂਡ ਸੀ ਚੰਬੀਆਂ ਘੋੜੀਆਂ ਦਾ, ਅਤੇ ਕਿਉਂਕਿ ਉਹ ਬੱਚੇ ਨੁਕਰੇ ਦਿੰਦੀਆਂ ਸੀ, ਨੁਕਰੇ ਘੋੜਿਆਂ ਦਾ ਟ੍ਰੈਂਡ ਵੀ ਸੀਗਾ, ਕਿਉਂਕਿ ਉਦੋਂ ਬਰਾਤਾਂ ਵਾਸਤੇ ਜਿਹੜਾ ਨੁਕਰਾ ਘੋੜਾ ਅੱਜ ਵੀ ਹੈਗਾ, ਉਹਦਾ ਅੱਜ ਵੀ ਟ੍ਰੈਂਡ ਹੈਗਾ, ਉਹ ਸਦਾਬਹਾਰ ਹੈ, ਕਿਉਂਕਿ ਜਿਹੜੀਆਂ ਨੁਕਰੀਆਂ ਘੋੜੀਆਂ ਉਹ ਬਰਾਤਾਂ ਵਾਸਤੇ ਯੂਜ਼ ਹੁੰਦੀਆਂ, ਅਤੇ ਨੁਕਰਾ ਜਿਹੜਾ ਬਰੀਡ ਆ ਉਹ ਸਦਾਬਹਾਰ ਹੈ, ਉਹ ਕਦੇ ਫੇਲ ਨਹੀਂ ਹੋ ਸਕਦੀ। ਕੀ ਇਸ ਘੋੜੇ ਦੀ ਜਿਵੇਂ ਤੁਸੀਂ ਹੁਣ ਕੀਮਤ ਲਾਈ ਆ, ਆਉਣ ਵਾਲੇ ਟਾਈਮ 'ਚ ਵੱਧ ਸਕਦੀ ਹੈ ਜਾਂ ਕੁਛ? ਬਿਲਕੁਲ ਜੀ, ਬੜੇ ਸਾਡੇ ਤੋਂ ਬੜੇ ਵੱਡੇ ਵੱਡੇ ਸ਼ੌਂਕੀ ਬੰਦੇ ਪਏ ਆ, ਜਿਹੜੇ ਜੇ ਅਸੀਂ ਵੇਚਣ 'ਤੇ ਜਾਈਏ ਤਾਂ ਸਾਡੇ ਤੋਂ ਖਰੀਦ ਵੀ ਸਕਦੇ ਆ ਮਹਿੰਗੇ ਮੁੱਲ 'ਚ। ਕੀ ਤੁਸੀਂ ਇਸ ਤੋਂ ਮਹਿੰਗਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਘੋੜਾ ਖਰੀਦੋਗੇ? ਰੱਬ ਚੰਗੇ ਦਿਨ ਲਿਆਊਗਾ ਜੀ, ਖਰੀਦਾਂਗੇ ਜ਼ਰੂਰ, ਖਰੀਦਾਂਗੇ ਹੁਣ ਖਰੀਦਾਂ। ਅਤੇ ਹੋਰ ਤੁਸੀਂ ਕੁਝ ਦੱਸਣਾ ਚਾਹੋ ਘੋੜਿਆਂ ਬਾਰੇ? ਬਸ ਮੈਂ ਤਾਂ ਇਹੀ ਦੱਸਣਾ ਚਾਹੁੰਦਾ ਕਿ ਜਿਹੜੇ ਘੋੜਿਆਂ ਦੇ ਬਰੀਡਰ ਹੈ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਆਪਣੇ ਘੋੜੇ ਘਰਾਂ ਦੇ ਵਿੱਚ ਬੰਦ ਕਰਕੇ ਰੱਖਦੇ ਉਹਨਾਂ ਨੂੰ ਬੰਦ ਕਰਕੇ ਨਾ ਰੱਖੋ, ਕਿਉਂਕਿ ਇੱਕ ਘੋੜਾ ਆਜ਼ਾਦੀ ਭਾਲਦਾ, ਉਹਦੇ ਉੱਤੇ ਤੁਸੀਂ ਰਾਈਡਿੰਗ ਕਰੋ, ਉਹਦੇ ਉੱਪਰ ਤੁਸੀਂ ਉਹਨੂੰ ਜੇ ਤੁਸੀਂ ਰਾਈਡਿੰਗ ਨਹੀਂ ਕਰ ਸਕਦੇ ਤਾਂ ਤੁਸੀਂ ਉਹਦਾ ਜ਼ਰੂਰ
ਕਿਉਂਕਿ ਮੈਨੂੰ ਖੁਦ ਨੂੰ ਰਾਈਡਿੰਗ ਦਾ ਸ਼ੌਂਕ ਹੈ, ਮੈਂ ਖੁਦ ਚੜ੍ਹਦਾ ਜਾਂ ਸਾਡੇ ਨੌਕਰ ਹੈ ਜਿਵੇਂ ਸੁਬਹਾ ਘੋੜਿਆਂ ਨੂੰ ਬਾਹਰ ਕੱਢਦੇ ਤਾਂ ਉਹਨਾਂ ਨੇ 4-5 ਰਾਊਂਡ, ਜਿਹੜਾ ਸਾਡਾ ਘਰ ਕਾਫੀ ਖੁੱਲ੍ਹਾ ਅਤੇ ਇਹਦੇ ਰਾਊਂਡ ਲਾਉਂਦੇ ਆ ਉਹ, ਕਿ ਅਸੀਂ ਪ੍ਰੋਪਰ ਐਕਸਰਸਾਈਜ਼ ਇਹਨਾਂ ਨੂੰ ਦਿੰਦੇ ਰਹਿੰਦੇ ਹਾਂ ਅਤੇ ਉਹਦੇ ਕਰਕੇ ਕਈ ਬੰਦਿਆਂ ਨੇ ਘੋੜੇ ਰੱਖੇ ਹੋਏ ਆ ਬਟ ਉਹ ਨਾ ਤਾਂ ਰਾਈਡਿੰਗ ਕਰਦੇ ਨਾ ਹੀ ਆਪਣੇ ਘੋੜਿਆਂ ਨੂੰ ਬਾਹਰ ਕੱਢਦੇ ਆ। ਮੈਂ ਉਹਨਾਂ ਨੂੰ ਸਾਰਿਆਂ ਨੂੰ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਘੋੜੇ ਆ ਇੱਕ ਆਪਣੇ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਉਹਨਾਂ ਨੂੰ ਇੱਕ ਰਾਈਡਿੰਗ ਦੇ ਪਰਪਜ਼ ਲਈ ਯੂਜ਼ ਕਰਦੇ ਸੀਗੇ, ਉਦੋਂ ਗੱਡੀਆਂ ਨਹੀਂ ਹੁੰਦੀਆਂ ਸੀਗੀਆਂ, ਕਾਰਾਂ ਮੋਟਰ ਨਹੀਂ ਹੁੰਦੀਆਂ ਸੀਗੀਆਂ ਅਤੇ ਉਹ ਘੋੜਿਆਂ ਦੇ ਚੜ੍ਹ ਚੜ੍ਹ ਹੀ ਬੜੀ ਦੂਰ ਜਾਂਦੇ ਸੀਗੇ ਅਤੇ ਉਹਨਾਂ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਉਹਨਾਂ ਨੂੰ ਘਰੇ ਬੰਨ੍ਹ ਕੇ ਨਾ ਰੱਖੋ, ਇਹਨਾਂ ਦਾ ਯੂਜ਼ ਇਕੱਲੇ ਸਿਰਫ ਬਿਜ਼ਨਸ ਵਾਸਤੇ ਨਹੀਂ ਹੈਗੇ, ਇਹ ਇਹਨਾਂ ਨੂੰ ਤੁਸੀਂ ਰਾਈਡਿੰਗ ਵਾਸਤੇ ਵੀ ਯੂਜ਼ ਕਰੋਗੇ ਤਾਂ ਤੁਹਾਡੀ ਵੀ ਸਿਹਤ ਚੰਗੀ ਰਹੂਗੀ, ਤੁਹਾਡੇ ਘੋੜੇ ਦੀ ਵੀ ਬਾਡੀ ਫਿੱਟ ਰਹੂਗੀ। ਬਿਲਕੁਲ ਜੀ, ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਆਪਾਂ ਨੂੰ ਇਸ ਦੀ ਰਾਈਡਿੰਗ ਵੀ ਕਰਨੀ ਚਾਹੀਦੀ ਹੈ ਤਾਂ ਕਿ ਆਪਣੇ ਜੋ ਸਾਧਨਾਂ ਅਤੇ ਜੋ ਪੈਸੇ ਖਰਚ ਹੁੰਦੇ ਆ ਜੋ ਉਹਨਾਂ ਤੋਂ ਬਚਿਆ ਜਾ ਸਕੇ। ਅਤੇ ਤੁਸੀਂ ਪਹਿਲਾਂ 300 ਕਿਲੋਮੀਟਰ ਸ਼ਾਇਦ ਜਾ, ਮੈਂ ਪਹਿਲਾਂ 150 ਕਿਲੋਮੀਟਰ ਦੀ ਰਾਈਡ ਕੀਤੀ ਸੀਗੀ 3 ਦਿਨ ਦੇ ਵਿੱਚ। ਹਾਂਜੀ, ਹੁਣ ਮੇਰਾ ਵਰਲਡ ਰਿਕਾਰਡ ਹੈਗਾ, ਮੇਰੇ ਨਾਲ ਮੇਰੇ 4 ਭਰਾ ਹੋਰ ਹੈਗੇ, ਅਸੀਂ 5 ਰਾਈਡਰ ਸੀਗੇ ਜਿਹੜੇ ਅਸੀਂ ਬਰਨਾਲਾ ਪਰਮ ਗਿੱਲ ਸਟੱਡ ਫਾਰਮ, ਮੇਰੇ ਵੱਡੇ ਭਰਾ ਦਾ ਸਟੱਡ ਫਾਰਮ ਹੈ, ਉੱਥੋਂ ਅਸੀਂ ਪੁਸ਼ਕਰ ਗਏ ਸੀਗੇ ਰਾਈਡ ਕਰਕੇ ਅਤੇ ਸਾਡਾ ਹੁਣ ਇਸ ਟਾਈਮ ਦਾ ਵਰਲਡ ਰਿਕਾਰਡ ਹੈ ਕਿ ਇੱਦੂ ਪਹਿਲਾਂ ਐਡੀ ਵੱਡੀ ਰਾਈਡ ਕਿਸੇ ਨੇ ਨਹੀਂ ਕੀਤੀ, ਅਸੀਂ 11 ਦਿਨਾਂ ਦੇ ਵਿੱਚ 615 ਕਿਲੋਮੀਟਰ ਦੀ ਰਾਈਡ ਕੀਤੀ ਹੈ। ਉਸ ਆਣ ਅੱਜ ਕੱਲ੍ਹ ਜੀ ਸਭ ਤੋਂ ਮੇਨ ਆ ਜਿਹੜਾ ਟਰੈਂਡ ਚੱਲ ਰਿਹਾ ਉਹ ਹੈਗਾ ਹਾਈਟ ਦਾ, ਕਿ ਘੋੜੇ ਦੀ ਜਿਹੜੀ ਹਾਈਟ ਆ ਉਹ ਮੇਨ ਅੱਜ ਕੱਲ੍ਹ, ਅਤੇ ਬਾਕੀ ਇਕੱਲੀ ਹਾਈਟ ਵੀ ਨਹੀਂ ਆਪਾਂ ਦੇਖ ਸਕਦੇ ਜੀ, ਉਹਦੇ ਵਿੱਚ ਜਿਹੜੀ ਕੈਟਾਗਰੀ ਹੈਗੀ ਘੋੜੇ ਦੀ, ਜੇ ਕੋਈ ਨੁਕਰਾ ਤਾਂ ਉਹਦੇ ਵਿੱਚ ਨੁਕਰੇ ਵਾਲੀਆਂ ਕੁਆਲਿਟੀਆਂ ਚਾਹੀਦੀਆਂ, ਜੇ ਕੋਈ ਮਾਰਵਾੜੀ ਤਾਂ ਉਹਦੇ ਵਿੱਚ ਮਾਰਵਾੜੀ ਵਾਲੀਆਂ ਕੁਆਲਿਟੀਆਂ ਚਾਹੀਦੀਆਂ, ਜਿੱਦਾਂ ਕਿ ਮੂੰਹ ਸੋਹਣਾ ਹੋਣਾ ਚਾਹੀਦਾ, ਕੰਨ ਸੋਹਣੇ ਹੋਣੇ ਚਾਹੀਦੇ ਆ, ਧੌਣ ਦਾ ਕੱਟ ਸੋਹਣਾ ਹੋਣਾ ਚਾਹੀਦਾ, ਬਾਡੀ ਸਟਰਕਚਰ ਸੋਹਣਾ ਹੋਣਾ ਚਾਹੀਦਾ, ਜਿਹੜੇ ਹੱਡ ਪੈਰ ਉਹਦੇ ਮਜ਼ਬੂਤ ਹੋਣੇ ਚਾਹੀਦੇ ਆ, ਸੁੰਬ ਮਜ਼ਬੂਤ ਹੋਣੇ ਚਾਹੀਦੇ ਆ, ਸਾਰੀਆਂ ਕੁਆਲਿਟੀਆਂ, ਲੰਬਾਈ ਹੋਣੀ ਚਾਹੀਦੀ ਘੋੜੇ ਦੀ, ਜੇ ਇਕੱਲੀ ਹਾਈਟ ਦੇਖਾਂਗੇ ਵੀ ਹਾਈਟ ਦਾ ਘੋੜਾ ਬਹੁਤ ਵੱਡਾ ਉਹਦੀ ਲੰਬਾਈ ਬਹੁਤ ਛੋਟੀ ਹੈ ਤਾਂ ਉਹ ਸੋਹਣਾ ਨਹੀਂ ਲੱਗੂਗਾ ਕਦੇ ਵੀ, ਉਹ ਜੇ ਉਹਦੀ ਹਾਈਟ ਹੈ ਤਾਂ ਉਹਦੇ ਵਿੱਚ ਜਿਹੜੇ ਹੋਰ ਉਹਦੇ ਬਾਡੀ ਦੇ ਪਾਰਟਸ ਹੈ ਉਹ ਉਹਦੇ ਪ੍ਰੋਪਰ ਉਹਦੇ ਹਾਈਟ ਦੇ ਮੁਤਾਬਕ ਸਹੀ ਹੋਣੇ ਚਾਹੀਦੇ। ਜੇਕਰ ਸਾਡਾ ਕੋਈ ਦਰਸ਼ਕ ਘੋੜਾ ਰੱਖ ਲੈਂਦਾ ਅਤੇ ਉਸਨੂੰ ਕਿਸ ਕਿਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤਾਂ ਕਿ ਉਸਨੂੰ ਕੋਈ ਬਿਮਾਰੀ ਨਾ ਹੋਵੇ, ਜਾਂ ਉਸਦੇ ਖਾਣ ਪੀਣ ਬਾਰੇ, ਜਾਂ ਕੋਈ ਕਿਸ ਕਿਸ ਗੱਲਾਂ ਦਾ ਧਿਆਨ ਰੱਖੇ? ਧਿਆਨ ਇੱਦਾਂ ਦੀ ਗੱਲ ਹੈ ਜੀ, ਇਹਦੇ ਵਿੱਚ ਇਹ ਲੋਕਾਂ ਦੇ ਦਿਲਾਂ 'ਚ ਵਹਿਮ ਹੈ ਕਿ ਘੋੜਾ ਬਹੁਤ ਛੇਤੀ ਬਿਮਾਰ ਹੁੰਦਾ ਜਾਂ ਘੋੜੇ ਦੇ ਬੜੇ, ਮੈਂ ਲੋਕਾਂ ਤੋਂ ਸੁਣਦਾ ਕਿ ਦਰਦ ਬੜਾ ਹੁੰਦਾ ਜੀ, ਇਹ ਗੱਲਾਂ ਨਹੀਂ ਹੁੰਦੀਆਂ। ਜੇ ਤੁਸੀਂ ਉਹਦੇ ਵਿੱਚ ਜਿਹੜਾ ਉਹਦਾ ਖਾਣ ਪੀਣ ਦਾ ਜਿਹੜਾ ਸਮਾਨ ਹੈ ਜੇ ਤੁਸੀਂ ਉਹੀ ਮਾੜਾ ਪਾਓਗੇ ਉਹਦਾ ਤੁਸੀਂ ਵੀ ਮਾੜਾ ਖਾ ਲਓਗੇ ਤਾਂ ਤੁਹਾਡੇ ਵੀ ਦਰਦ ਹੋਣ ਲੱਗ ਜੂਗਾ, ਅਤੇ ਉਹ ਇਹ ਹੁੰਦਾ ਕਿ ਜਿਹੜੀ ਘੋੜੇ ਨੂੰ ਵਾਸਤੇ ਜਿਹੜੀ ਸਿਹਤ ਸੰਭਾਲ ਹੈ ਇਹਦੀ ਉਹ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਤਾਂ ਕਰਨੀ ਪੈ ਸਕਦੀ ਹੈ, ਇਹ ਨਹੀਂ ਹੈਗਾ ਕਿ ਆਪਾਂ ਮੱਝਾਂ ਵਾਂਗੂ ਜਿਹੜੀ ਬਚੀ ਹੋਈ ਚੀਜ਼ ਸਾਡੇ ਘਰ 'ਚ ਪਈ ਉਹ ਮੱਝ ਨੂੰ ਸਿੱਟਤੀ ਅਤੇ ਉਹ ਮੱਝ ਖਾ ਗਈ, ਉਹ ਘੋੜਾ ਉਹਨਾਂ 'ਚੋਂ ਨਹੀਂ ਹੈਗਾ। ਘੋੜਾ ਇੱਕ ਜਿਵੇਂ ਆਪਾਂ ਆਪਦੀ ਸਿਹਤ ਸੰਭਾਲ ਰੱਖਦੇ ਹਾਂ, ਘੋੜਾ ਵੀ ਆਪਣੇ ਕੈਟਾਗਰੀ ਦੇ ਵਿੱਚੋਂ ਇੱਕ ਹਿਸਾਬ ਦਾ ਹੈਗਾ ਕਿ ਉਹ ਬਹੁਤ, ਜਿੱਦਾਂ ਆਪਾਂ ਇੱਕ ਚੰਗੀ ਚੀਜ਼ ਖਾਂਦੇ ਹਾਂ ਤਾਂ ਘੋੜਾ ਵੀ ਇੱਕ ਚੰਗੀ ਚੀਜ਼ ਖਾ ਕੇ ਹੀ ਖੁਸ਼ ਹੈ, ਜੇ ਤੁਸੀਂ ਘੋੜੇ ਨੂੰ ਚੰਗੀਆਂ ਚੀਜ਼ਾਂ ਪਾਓਗੇ ਤਾਂ ਤੁਹਾਡੇ ਘੋੜੇ ਨੂੰ ਹਮੇਸ਼ਾ ਤੁਹਾਡਾ ਘੋੜਾ ਸਹੀ ਰਹੂਗਾ, ਉਹਨੂੰ ਕੋਈ ਪ੍ਰੋਬਲਮ ਨਹੀਂ। ਸਾਡਾ ਕੋਈ ਦਰਸ਼ਕ ਘੋੜੀਆਂ ਦਾ ਰੱਖਣਾ ਚਾਹੁੰਦਾ ਹੋਵੇ, ਘੋੜੀਆਂ ਨੂੰ ਕਿਸ ਤਰ੍ਹਾਂ ਰਖਾਵ ਕਰ ਸਕਦਾ, ਕਿਸ ਤਰ੍ਹਾਂ ਉਹਨਾਂ ਦਾ ਪਾਲਣ ਪੋਸ਼ਣ ਕਰ ਸਕਦਾ, ਕਿਸ ਤਰ੍ਹਾਂ ਉਹਨਾਂ ਨੂੰ ਕੀ ਉਹ ਦੂਜੇ ਪਸ਼ੂਆਂ ਵਿੱਚ ਵੀ ਰੱਖ ਸਕਦਾ? ਸਭ ਤੋਂ ਮੇਨ ਗੱਲ ਤਾਂ ਹੈਗੀ ਹੈ ਜੀ, ਜਿਹੜਾ ਘੋੜੇ ਦਾ ਤੁਹਾਨੂੰ ਪੈਡਕ ਬਣਾਉਣਾ ਜ਼ਰੂਰੀ ਹੈ, ਜੇ ਤੁਸੀਂ ਘੋੜਾ ਸਹੀ ਢੰਗ ਨਾਲ ਰੱਖਣਾ ਚਾਹੁੰਦੇ ਹੋ। ਜੇ ਤੁਸੀਂ ਖਾਨਾ ਪੂਰਤੀ ਕਰਦੇ ਹੋ ਵੱਖਰੀ ਗੱਲ ਹੈ, ਜੇ ਤੁਸੀਂ ਘੋੜੇ ਨੂੰ ਸ਼ੌਂਕ ਨਾਲ ਰੱਖਦੇ ਹੋ ਤਾਂ ਉਹਦਾ ਪੈਡਕ ਉਹਦਾ ਵਧੀਆ ਇੱਕ ਰੂਮ ਹੋਣਾ ਚਾਹੀਦਾ, ਉਹਨੂੰ ਬਾਹਰ ਉਹਦੇ ਰੂਮ ਦੇ ਗੇਟ ਲੱਗੇ ਹੋਣੇ ਚਾਹੀਦੇ ਆ, ਉਹਨੂੰ ਬਾਕੀ ਬਾਹਰ ਘੁੰਮਣ ਫਿਰਨ ਨੂੰ ਵੀ ਖੁੱਲ੍ਹਾ ਥਾਂ ਚਾਹੀਦਾ ਜਿੱਥੇ ਉਹਦਾ ਇੱਕ ਰਿੰਗ ਬਣਿਆ ਹੋਵੇ ਜਿਹਦੇ ਵਿੱਚ ਘੋੜਾ ਉਹਦਾ ਭੱਜ ਕੇ ਛਾਲਾਂ ਮਾਰ ਸਕੇ, ਆਪਦਾ ਜਿਹੜੀ ਮਨ ਨੂੰ ਖੁਸ਼ ਕਰ ਸਕੇ। ਜੇ ਆਪਾਂ ਉਹਨੂੰ ਇੱਕ ਪਸ਼ੂਆਂ ਦੇ ਦੂਜੇ ਆਮ ਪਸ਼ੂਆਂ ਦੇ ਵਿੱਚ ਬੰਨ੍ਹ ਦਾਂਗੇ ਤਾਂ ਉਹ ਘੋੜਾ ਖੁਸ਼ ਨਹੀਂ ਰਹਿ ਸਕੂਗਾ। ਬਾਕੀ ਜਿਹੜੀ ਗੱਲ ਹੈ ਘੋੜੇ ਥੱਲੇ ਮਿੱਟੀ ਜ਼ਰੂਰੀ ਆ, ਜੇ ਆਪਾਂ ਪੱਕੀ ਫਰਸ਼ 'ਤੇ ਤੁਸੀਂ ਘੋੜਾ ਬੰਨ੍ਹਣਾ ਚਾਹੁੰਦੇ ਤਾਂ ਉਹਨੂੰ ਥੋੜ੍ਹੇ ਟਾਈਮ ਲਈ ਬੰਨ੍ਹ ਸਕਦੇ ਹੋ, ਵੈਸੇ ਘੋੜੇ ਥੱਲੇ ਜਿਹੜੀ ਮਿੱਟੀ ਆ ਜਿਹੜੀ ਰੇਤਾ ਜਿਹਨੂੰ ਕਹਿ ਦਿੰਦੇ ਆ, ਜਾਂ ਆਪਣੇ ਜਿਹੜੀ ਜਿਹਨੂੰ ਆਪਾਂ ਪੋਲਾ ਕਹਿ, ਜਿਵੇਂ ਪੋਲਾ ਰੇਤ ਹੁੰਦੀ ਹੈ, ਜਿਵੇਂ ਰਾਜਸਥਾਨ ਦੀ ਰੇਤ ਹੁੰਦੀ ਹੈ, ਇਸ ਤਰ੍ਹਾਂ ਦੀ ਮਿੱਟੀ ਹੋਵੇ ਘੋੜੇ ਥੱਲੇ ਤਾਂ ਘੋੜਾ ਬਹੁਤ ਵਧੀਆ ਰਹਿੰਦਾ। ਠੀਕ ਆ ਜੀ, ਜੇਕਰ ਜਿਵੇਂ ਅੱਜ ਕੱਲ੍ਹ ਕਿਸਾਨਾਂ ਨੇ ਪਸ਼ੂ ਰੱਖਦੇ ਆ ਨਾ, ਅਤੇ ਜੇਕਰ ਕਿਸਾਨ ਘੋੜਿਆਂ ਦਾ ਬਿਜ਼ਨਸ ਛੋਟੇ ਲੈਵਲ ਦੇ ਕੋਈ ਅਪਣਾਉਣਾ ਚਾਹੁੰਦਾ ਹੋਵੇ ਅਤੇ ਕੀ ਉਹਨੂੰ ਅਪਣਾਉਣਾ ਚਾਹੀਦਾ ਕਿ ਕਿਵੇਂ ਤੁਸੀਂ ਉਸ? ਬਿਲਕੁਲ, ਬਹੁਤ ਵਧੀਆ ਗੱਲ ਹੈ ਜੀ। ਜਿਹੜੇ ਬੰਦੇ ਅੱਜ ਕੱਲ੍ਹ ਬਰੀਡਰ ਹੈਗੇ ਆ, ਜਿਨ੍ਹਾਂ ਦੇ ਘਰ ਵਿੱਚ ਘੋੜੀਆਂ ਰੱਖੀਆਂ ਹੋਈਆਂ ਅਤੇ ਉਹ ਚੰਗੇ ਘੋੜਿਆਂ ਤੋਂ ਉਹਨਾਂ ਨੂੰ ਕ੍ਰੋਸ ਕਰਵਾ ਕੇ ਅਤੇ ਉਹਨਾਂ ਦੇ ਬੱਚੇ ਜਿਹੜੇ ਪੈਦਾ ਕਰਦੇ ਆ, ਉਹ ਬਹੁਤ ਵਧੀਆ ਗੱਲ ਹੈ। ਮਤਲਬ ਕਿ ਖੇਤੀਬਾੜੀ ਨਾਲ ਦਾ ਹੀ ਇਹ ਧੰਦਾ ਇੱਕ, ਜਿੱਦਾਂ ਖੇਤੀਬਾੜੀ ਦੇ ਵਿੱਚ ਕਮਾਈ ਕਰਦੇ ਆ ਤਾਂ ਮਿਹਨਤ ਕਰਦੇ ਆ ਆਪਾਂ ਤਾਂ ਕਮਾਈ ਹੁੰਦੀ ਆ, ਉਵੇਂ ਇਹਦੇ ਵਿੱਚ ਜੇ ਘੋੜਿਆਂ ਦੇ ਵਿੱਚ ਤੁਸੀਂ ਮਿਹਨਤ ਕਰੋਗੇ, ਚੰਗੀਆਂ ਘੋੜੀਆਂ ਲੈ ਕੇ ਉਹਨਾਂ ਨੂੰ ਚੰਗੇ ਘੋੜਿਆਂ ਤੋਂ ਕ੍ਰੋਸ ਕਰਵਾ
ਘੋੜੇ ਰੱਖ ਕੇ ਕਿਤੇ ਬਾਹਰ ਵੇਚਣਾ ਚਾਹੁੰਦੇ ਹੋਣ, ਜਿਵੇਂ ਕਿ ਫੋਰਨ ਹੋ ਗਿਆ ਜਾਂ ਹੋਰ ਸਟੇਟਾਂ ਦੇ ਵਿੱਚ ਵੇਚਣਾ ਚਾਹੁੰਦੇ ਹੋਣ, ਤਾਂ ਉਹਨਾਂ ਨੂੰ ਕਿੱਥੇ ਜਾਣਾ ਚਾਹੀਦਾ ਅਤੇ ਉਹਨਾਂ ਨੂੰ ਥੋੜ੍ਹਾ ਸੁਜੈਸਟ ਕਰ ਸਕਦੇ ਤੁਸੀਂ? ਅੱਜ ਕੱਲ੍ਹ ਜਿਹੜਾ ਹੈਗਾ ਸੋਸ਼ਲ ਮੀਡੀਆ ਹੈਗਾ ਉਹ ਬਹੁਤ ਵਧੀਆ ਚੀਜ਼ ਆ ਘੋੜਿਆਂ ਲਈ, ਖਾਸ ਤੌਰ 'ਤੇ ਅੱਜ ਕੱਲ੍ਹ ਜਿਹੜੇ ਘੋੜੇ ਆ, ਜਿੱਦਾਂ ਬਾਹਰ ਤਾਂ ਹਾਲੇ ਤੱਕ ਨਹੀਂ ਜਾ ਸਕਦਾ ਘੋੜਾ ਆਪਣਾ ਫੋਰਨ ਦੇ ਵਿੱਚ ਤਾਂ, ਬਟ ਜਿਹੜੇ ਇੰਡੀਆ ਦੇ ਵਿੱਚ ਹਰ ਇੱਕ ਜਿਹੜੀ ਹੈਗੀ ਕਿਤੇ ਵੀ ਘੋੜੇ ਅੱਜ ਕੱਲ੍ਹ ਨੋਰਮਲੀ ਗੱਲ ਹੈ ਕਿ ਕੇਰਲਾ ਹੋ ਗਿਆ ਜਾਂ ਗੁਜਰਾਤ ਹੋ ਗਿਆ, ਬੋਂਬੇ ਹੋ ਗਿਆ, ਪੁਣੇ ਹੋ ਗਿਆ, ਮਹਾਰਾਸ਼ਟਰ, ਜਿੱਥੇ ਮਰਜ਼ੀ ਘੋੜੇ ਅੱਜ ਕੱਲ੍ਹ ਜਾ ਸਕਦੇ ਆ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ, ਮੇਰੇ ਵਰਗਾ ਘੋੜੇ ਦੀ ਫੋਟੋ ਪਾਉਂਦਾ ਫੇਸਬੁੱਕ 'ਤੇ ਅਤੇ ਨਾਲ ਦੀ ਨਾਲ ਫੋਨ ਆਉਣ ਲੱਗ ਜਾਂਦੇ ਕਿ ਇਹ ਘੋੜਾ ਸੇਲ ਹੈ ਜਾਂ ਕਿਵੇਂ ਆ ਜਾਂ ਕਿਵੇਂ ਆ। ਅੱਜ ਕੱਲ੍ਹ ਵਟਸਐਪ 'ਤੇ ਅਗਲਾ ਵੀਡੀਓ ਬਣਾ ਕੇ ਭੇਜ ਦਿੰਦਾ, ਵਟਸਐਪ 'ਤੇ ਫੋਟੋ ਭੇਜ ਦਿੰਦਾ, ਉੱਥੇ ਹੀ ਘੋੜਾ ਸਿਲੈਕਟ ਕਰਕੇ ਨਾਲ ਦੀ ਨਾਲ ਪੇਮੈਂਟ ਹੋ ਜਾਂਦੀ ਹੈ, ਘੋੜਾ ਗੱਡੀ 'ਚ ਲੋਡ ਹੋ ਕੇ ਉਹਨਾਂ ਕੋਲ ਜਾ ਵੜਦਾ। ਅੱਜ ਕੱਲ੍ਹ ਕੋਈ ਬਾਹਲਾ ਇਹਦੇ ਵਿੱਚ ਲੰਮਾ ਚੌੜੀ ਖੇਡ ਨਹੀਂ ਰਹਿ ਗਈ, ਸਿਰਫ ਘੋੜੇ ਸੋਸ਼ਲ ਮੀਡੀਆ 'ਤੇ ਜ਼ਿਆਦਾ ਵਿਕ ਰਹੇ ਆ। ਜਿਵੇਂ ਕਿ ਮੇਲੇ ਵੀ ਲੱਗਦੇ ਆ ਹੈ ਨਾ ਘੋੜਿਆਂ 'ਤੇ, ਕਿਸਾਨ ਮੇਲੇ ਲੈ ਕੇ ਜਾਂਦੇ ਆ, ਜਾਂ ਉਹਨਾਂ ਬਾਰੇ ਥੋੜ੍ਹਾ ਦੱਸੋ ਵੀ ਮੇਲਿਆਂ ਦੇ ਵਿੱਚ ਵੀ ਮੇਲਾ ਆਪਣੇ ਜਿਹੜਾ ਪੰਜਾਬ ਦੇ ਵਿੱਚ ਮੇਲੇ ਲੱਗਦੇ ਆ ਜੀ। ਪੰਜਾਬ ਦੇ ਵਿੱਚ ਮੇਲਾ ਹੈਗਾ ਜਿਹੜਾ ਸਭ ਤੋਂ ਵੱਡਾ ਸ਼੍ਰੀ ਮੁਕਤਸਰ ਸਾਹਿਬ ਦਾ ਮੇਲਾ, ਜਿਹੜਾ ਬਹੁਤ ਪੁਰਾਣਾ ਲੱਗ ਰਿਹਾ, ਮਾਘੀ ਮੇਲਾ ਜਿਹਨੂੰ ਕਹਿ ਦਿੰਦੇ ਆਪਾਂ। ਅਤੇ ਮੇਲੇ 'ਤੇ ਵੀ ਬਹੁਤ ਘੋੜੇ ਵਿਕਦੇ ਆ ਜੀ, ਜਿਹੜੇ ਛੋਟੇ ਕਿਸਾਨ ਹੈ ਉਹ ਮੇਲਿਆਂ ਦੇ ਘੋੜੇ ਲੈ ਕੇ ਜਾਂਦੇ ਆ, ਮੇਲਿਆਂ 'ਤੇ ਘੋੜੇ ਉਹਨਾਂ ਦੇ ਜਿਹੜੇ ਬੱਚੇ ਘਰ ਬਰੀਡ ਕਰਦੇ ਆ ਉਹਨਾਂ ਨੂੰ ਮੇਲਿਆਂ 'ਤੇ ਵੇਚਦੇ ਆ। ਬਾਕੀ ਅੱਜ ਕੱਲ੍ਹ ਜਿਹੜੇ ਮੇਲੇ ਆ ਉਹ ਬਹੁਤ ਵੱਡੇ ਲੱਗਣ ਲੱਗ ਗਏ, ਜਿੱਦਾਂ ਪੁਸ਼ਕਰ ਦਾ ਮੇਲਾ ਇੱਕ ਰਾਜਸਥਾਨ ਦੇ ਵਿੱਚ ਬਹੁਤ ਪੁਰਾਣਾ, ਉੱਥੇ ਬਹੁਤ ਚੰਗੇ ਚੰਗੇ ਘੋੜੇ ਆਉਂਦੇ। ਬਾਕੀ ਹੁਣ ਅੱਜ ਕੱਲ੍ਹ ਸ਼ੋਅ ਬਹੁਤ ਹੋਣ ਲੱਗ ਗਏ ਜਿਨ੍ਹਾਂ ਕਰਕੇ ਘੋੜਿਆਂ ਦੀ ਜਿਹੜੀ ਹੈਗੀ ਆ ਕੀਮਤਾਂ ਵੱਧ ਗਈਆਂ। ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਐਕਸ ਡਿਪਟੀ ਸੀ ਐੱਮ, ਉਹਨਾਂ ਨੇ ਬਹੁਤ ਵੱਡਾ ਇਹਦੇ ਵਿੱਚ ਹੰਭਲਾ ਮਾਰਿਆ ਸੀ ਘੋੜਿਆਂ ਦੇ ਵਿੱਚ, ਜਿਹੜਾ ਪਿੱਛੇ ਜੇ ਉਹ ਆਪਣੀ ਸਰਕਾਰ ਦੇ ਵਿੱਚ ਸ਼ੋਅ ਕਰਵਾਉਂਦੇ ਸੀ, ਉਹ ਮੈਨੂੰ ਲੱਗਦਾ ਕਿ ਆਪਣੇ ਇੰਡੀਆ ਦੇ ਵਿੱਚ ਉਹ ਸਭ ਤੋਂ ਵੱਡੇ ਸ਼ੋਅ ਹੁੰਦੇ ਸੀ, ਸਭ ਤੋਂ ਜ਼ਿਆਦਾ ਨਾਮ ਵਾਲੇ ਸ਼ੋਅ ਸੀਗੇ। ਅਤੇ ਉਹਨਾਂ ਨੇ ਸ਼ੋਅ ਕਰਵਾਏ ਤਾਂ ਅੱਜ ਘੋੜੇ ਲੱਖਾਂ ਦੇ ਨਹੀਂ ਬਲਕਿ ਕਰੋੜਾਂ ਦੇ ਹੋ ਗਏ। ਠੀਕ ਹੈ। ਅਤੇ ਹੋਰ ਸਾਡੇ ਦਰਸ਼ਕਾਂ ਨੂੰ ਜਾਣਦੇ ਹੋਏ ਤੁਸੀਂ ਕੀ ਸੁਝਾਅ ਕੁਛ ਵੀ ਕਹਿਣਾ ਚਾਹੋ? ਬਸ ਇਹੀ ਹੈ ਕਿ ਜਿਹੜਾ ਬੰਦਾ ਸ਼ੌਂਕ ਰੱਖਦਾ ਘੋੜਿਆਂ ਦਾ ਰੱਖੋ, ਇਹਦੇ ਵਿੱਚ ਕੋਈ ਘਾਟੇਮੰਦ ਸੌਦਾ ਨਹੀਂ ਹੈਗਾ, ਇਹ ਬਹੁਤ ਵਧੀਆ ਗੱਲ ਹੈ ਘੋੜੇ ਰੱਖਣਾ। ਅਤੇ ਇਹਨਾਂ ਦੇ ਵਿੱਚ ਕਮਾਈ ਵੀ ਬਹੁਤ ਜ਼ਿਆਦਾ, ਅਤੇ ਤੁਸੀਂ ਜੇ ਸਹੀ ਇਹਨਾਂ ਦਾ ਪਾਲਣ ਪੋਸ਼ਣ ਕਰੋਗੇ, ਇਹਨਾਂ ਨੂੰ ਚੰਗੀ ਵਧੀਆ ਬਰੀਡ ਕਰੋਗੇ, ਤਾਂ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਕਮਾਈ ਹੈ। ਬਹੁਤ ਬਹੁਤ ਧੰਨਵਾਦ ਮੈਨੂੰ ਸੇਖੋਂ ਜੀ ਸਾਡੇ ਚੈਨਲ 'ਤੇ ਇੰਟਰਵਿਊ ਦੇਣ ਲਈ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਸਰ।